सिद्धू साहब, दिल्ली का आरआरटीएस फंड की है जी, जिसे पिछले सुप्रीम कोर्ट ने दिल्ली सरकार को एक कह लो भी झिड़का मारिया ने। असल च ना उत्थे एक रेलवे ट्रैक बनना, फास्ट ट्रैक होगा जिहड़ा हरियाणा, राजस्थान ते एनसीआर जिन्हां नेशनल कैपिटल रीजन है उन्हों जोड़ना है। उहदे वास्ते हाँ ये एक जिहड़ा फंड है आरआरटीएस, इहदा नाम पूरा रैपिड रीजनल ट्रांजिट सिस्टम है। हाँ जी उहदे वास्ते फंड चाहिए, स्टेट गवर्नमेंट नूं लोन दे वास्ते केंद्र ने कहा, ते फिर केंद्र सरकार है जिहड़ी ਉਹਦਾ ਇੱਕ ਤਾਂ ਇਹ ਹੈਗਾ ਹੀ ਆ ਨਾ, ਅੱਜ ਕੱਲ ਇਹਨਾਂ ਦਾ ਆਪਸ ਦੇ ਵਿੱਚ ਬਣਦੀ ਨਹੀਂ, ਜਾਂ ਬਣਦੀ ਹੋਵੇ ਤਾਂ ਹਾਂ ਦਿਖਾਵਾ ਇਹ ਕਰਨਾ ਕਿ ਸਾਡੀ ਬਣਦੀ ਨਹੀਂ, ਇੱਕ ਦੂਜੇ ਦੇ ਕੰਮਾਂ 'ਚ ਅੜਿੱਕ ਕੇ ਪਾਏ ਜਾ ਰਹੇ ਆ ਜਾਂ ਪੈ ਰਹੇ ਆ। ਇਹੀ ਗੱਲ ਨੂੰ ਲੈ ਕੇ ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲੀ। ਦਿੱਲੀ ਸਰਕਾਰ ਜਿਹੜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਆ, ਉਹਨਾਂ ਨੇ ਸੁਪਰੀਮ ਕੋਰਟ ਨੂੰ ਆਖਿਆ ਜੀ ਕਿ ਸਾਡੇ ਕੋਲੇ ਤਾਂ ਇਸ ਆਰਆਰਟੀਐਸ ਦੇ ਵਾਸਤੇ ਪੈਸੇ ਹੈ ਨਹੀਂ ਲਾਉਣ। ਸੁਪਰੀਮ ਕੋਰਟ ਨੇ ਜਿਹੜੀ ਗੱਲ ਆਖੀ ਨਾ, ਉਹਨੇ ਲੋਕ ਕੰਡੇ ਖੜੇ ਕਰਤੇ। ਕਹਿੰਦੇ ਫਿਰ ਐਂ ਕਰੋ, 2 ਹਫ਼ਤਿਆਂ ਦੇ ਵਿੱਚ, ਪਿਛਲੇ 3 ਸਾਲਾਂ ਦੇ ਵਿੱਚ ਜਿਹੜਾ ਤੁਸੀਂ ਐਡਵਰਟਾਈਜ਼ਮੈਂਟ ਤੇ ਪੈਸਾ ਪੈਸਾ ਲਾਇਆ, ਇਸ਼ਤਿਹਾਰਬਾਜ਼ੀ ਤੇ ਪੈਸੇ ਲਾਏ ਨੇ, ਉਹਦੀ ਡਿਟੇਲ ਲਿਆ ਕੇ ਦਿਓ। ਇਹੀ ਸਵਾਲ ਹੈ ਕਿ ਇਹ ਕਹਿੰਦੇ ਦੇਸ਼ ਦੇ ਹਿੱਤ ਦੇ ਵਿੱਚ ਹੈ, ਇੱਥੇ ਤੁਸੀਂ ਪੈਸਾ ਲਾ ਨਹੀਂ ਰਹੇ ਤੇ ਜਿੱਥੇ ਜ਼ਰੂਰਤ ਨਹੀਂ ਉੱਥੇ ਪੈਸਾ ਲੱਗ ਰਿਹਾ। ਇਸ਼ਤਿਹਾਰਬਾਜ਼ੀ ਦੇ ਮਾਮਲੇ ਦੇ ਵਿੱਚ ਜੋ ਬ੍ਰਾਂਡਿੰਗ ਅਰਵਿੰਦ ਕੇਜਰੀਵਾਲ ਹੋਰਾਂ ਦੀ ਹੋ ਰਹੀ ਹੈ, ਜਾਂ ਉਹਨਾਂ ਦੀ ਜਿਹੜੀ ਇੱਥੋਂ ਪੰਜਾਬ ਵਾਲੀ ਸਰਕਾਰ ਹੈ ਇਹ ਕਰਦੀ ਹੈ, ਕਿ ਜਿੱਥੇ ਵੀ ਚੋਣਾਂ ਹੁੰਦੀਆਂ ਨੇ ਉਸ ਪਾਸੇ ਨੂੰ ਇਸ਼ਤਿਹਾਰਬਾਜ਼ੀ ਸ਼ੁਰੂ ਹੋ ਜਾਂਦੀ ਹੈ, ਤੇ ਚੈਨਲ ਜਾਂ ਅਖਬਾਰ ਹੈ ਉਹ ਇਹੋ ਜਿਹੇ ਵੀ ਹੁੰਦੇ ਆ ਜਿਹੜਿਆਂ ਦੀ ਸਮਝ ਨਹੀਂ ਆਉਂਦੀ ਹੁੰਦੀ, ਬਸ ਉੱਥੇ ਉਹਨਾਂ ਦੀ ਭਾਸ਼ਾ 'ਚ ਇਸ਼ਤਿਹਾਰਬਾਜ਼ੀ ਦੇ ਕੇ ਬ੍ਰਾਂਡਿੰਗ ਕਰਨੀ ਹੁੰਦੀ ਹੈ। ਪੰਜਾਬ 'ਚ ਵੀ ਇਹ ਮਸਲੇ ਚੱਲਦੇ ਨੇ, ਤੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਸਾਹਮਣੇ ਇਹ ਮਸਲਾ ਸੁਪਰੀਮ ਕੋਰਟ ਨੇ ਰੱਖਤਾ ਕਿ ਜੀ 2 ਦਿਨਾਂ ਦੇ ਵਿੱਚ ਹੁਣ ਤੁਸੀਂ ਇਸ ਮਾਮਲੇ ਦਾ ਜਵਾਬ ਦਿਓ। ਜੇ ਇਹ ਜਵਾਬ ਦੇਣਗੇ, ਐਫੀਡੇਵਿਟ ਤੇ ਦੇਣਾ ਹੈ, ਤਾਂ ਫਿਰ ਫੰਡਿੰਗ ਕਿੰਨੀ ਵਰਤੀ ਗਈ ਉੱਥੇ ਉਹ ਖੁਲਾਸੇ ਹੋਣਗੇ, ਤੇ ਜਦੋਂ ਉਹ ਖੁਲਾਸੇ ਹੋਣਗੇ ਤਾਂ ਵਿਰੋਧੀ ਧਿਰਾਂ ਨੂੰ ਮੌਕਾ ਮਿਲ ਜਾਵੇ। ਨਾਲ ਹੀ ਜਿਹੜਾ ਜੀ ਇਹ ਜ਼ਰੂਰਤ ਕਿਉਂ ਪਈ ਹੈ ਕਿ ਜਿਹੜਾ ਆਰਆਰਟੀਐਸ ਹੈ ਨਾ, ਰੈਪਿਡ ਟ੍ਰਾਂਜ਼ਿਟ ਸਿਸਟਮ, ਇਹਦੇ ਨਾਲ ਜਿਹੜੀ ਟ੍ਰੇਨ ਚੱਲਣੀ ਹੈ ਉਹ ਮੈਟਰੋ ਤੋਂ ਵੀ ਤੇਜ਼ ਹੋਊਗੀ। ਮੈਟਰੋ ਦੇ ਕਹਿੰਦੇ ਸਟਾਪੇਜ ਵੱਧ ਹੁੰਦੇ ਆ, ਇਹਦੀ ਸਪੀਡ ਵੱਧ ਹੈ, ਸਟਾਪੇਜ ਘੱਟ ਹੋਣਗੇ। ਇਹ ਉੱਥੇ ਆ 3 ਸਟੇਟਾਂ ਦੇ ਵਿੱਚ ਇਹਨੇ ਚੱਲਣਾ ਹੈ। ਇਹਦੇ 'ਚ ਜਦੋਂ ਤਾਂ ਨੌਨ ਪੀਕ ਟਾਈਮ ਆ ਉਦੋਂ ਤਾਂ ਕਾਰਗੋ ਵਾਸਤੇ ਇਹਨੂੰ ਵਰਤਿਆ ਜਾਊਗਾ, ਜਦੋਂ ਪੂਰਾ ਪੀਕ ਆਵਰਜ ਹੈ ਉਹ ਟਾਈਮ ਆ ਉਦੋਂ ਇਹ ਸਵਾਰੀਆਂ ਦੇ ਵਾਸਤੇ ਹੋਊਗੀ। ਇਹਦੇ ਨਾਲ ਫਿਰ ਐਨਸੀਆਰ ਹੈ ਜਿੰਨਾ ਨੈਸ਼ਨਲ ਕੈਪੀਟਲ ਰੀਜਨ ਦਾ ਏਰੀਆ, ਉਹਦੇ 'ਚੋਂ ਪੋਲਿਊਸ਼ਨ ਘਟੂਗਾ ਕਿਉਂਕਿ ਦੂਸਰੀ ਆਵਾਜਾਈ ਘਟ ਜਾਣੀ ਹੈ ਇਹ ਜਦੋਂ ਗੱਡੀਆਂ ਚੱਲਣਗੀਆਂ। ਤੇ ਇਹੀ ਰੋਣਾ ਅਰਵਿੰਦ ਕੇਜਰੀਵਾਲ ਰੋਂਦੇ ਆ ਕਿ ਇੱਥੇ ਪੋਲਿਊਸ਼ਨ ਹੋ ਰਿਹਾ, ਉਹ ਤਾਂ ਕਹਿੰਦੇ ਸੀਗੇ ਧੂਆਂ ਪੰਜਾਬ ਵਾਲਾ ਆਉਂਦਾ ਹੈਗਾ, ਹੁਣ ਤਾਂ ਜਦੋਂ ਦੀ ਸਰਕਾਰ ਇਹਨਾਂ ਦੀ ਬਣੀ ਆ ਪੰਜਾਬ ਵਾਲਾ ਧੂਆਂ ਹੀ ਨਹੀਂ ਜਾਣ ਦਿੰਦੇ ਉਧਰ ਨੂੰ, ਇਕੱਲੇ ਜਹਾਜ਼ ਹੀ ਜਾਂਦੇ ਆ। ਸੋ ਉਹ ਚੀਜ਼ਾਂ ਦੇ ਉੱਤੇ ਹੁਣ ਜਦੋਂ ਚਰਚਾ ਚੱਲੀ ਹੈ, ਤਾਂ ਇਹ ਬਹੁਤ ਵੱਡਾ ਸਵਾਲ ਹੈ ਕਿ ਸੁਪਰੀਮ ਕੋਰਟ ਤੁਹਾਨੂੰ ਇਹੋ ਜੀ ਤਲਖ ਟਿੱਪਣੀ ਕਰੇ। ਦੇਖਣਾ ਇਹ ਹੈ ਕਿ ਹੁਣ ਜਦੋਂ ਇਹਨਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ 2 ਹਫ਼ਤੇ ਬਾਅਦ ਜਾਂ ਉਹ ਐਫੀਡੇਵਿਟ ਦੇਣਗੇ ਉਦੋਂ ਹੀ ਦੇਣਗੇ, ਜਾਂ ਆਨਾਗਾਨੀ ਕਰਕੇ ਕੁਝ ਟਾਈਮ ਲਗਾਉਣਗੇ, ਫੇਰ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਗੱਲ ਹੋਰ ਜ਼ਿਆਦਾ ਕਲੀਅਰ ਹੋਊਗੀ। ਸਿੱਧੂ ਸਾਹਿਬ, ਗੱਲ ਤਾਂ ਸੁਪਰੀਮ ਕੋਰਟ ਦੀ, ਮਾਨਯੋਗ ਸੁਪਰੀਮ ਕੋਰਟ ਦੀ ਬਹੁਤ ਇਹ ਸਹੀ ਹੈ ਜੀ। ਮੈਨੂੰ ਵੀ ਲੱਗਦਾ ਆਪਣੇ ਪੰਜਾਬ 'ਚ ਜਿਵੇਂ ਤੁਸੀਂ ਲਾ ਲਓ ਵੀ ਜੇ ਕੋਈ ਕੰਮ ਕਰਦੇ ਨੇ, ਸਰਕਾਰ ਕੋਈ ਕੰਮ ਕਰਦੀ ਹੈ, ਬੜੇ ਬੜੇ ਇਸ਼ਤਿਹਾਰ ਦਿੱਤੇ ਜਾਂਦੇ ਨੇ, ਪਰ ਜਦੋਂ ਕੋਈ ਵੀ ਕੰਮ ਹੁੰਦਾ ਹੈ, ਅੱਜ ਕੱਲ੍ਹ ਤਾਂ ਲੋੜ ਹੀ ਨਹੀਂ, ਸੋਸ਼ਲ ਮੀਡੀਆ ਦਾ ਦੌਰ ਹੈ, ਜੇ ਕੋਈ ਕੰਮ ਵਧੀਆ ਹੁੰਦਾ ਤਾਂ ਲੋਕ ਆਪ ਹੀ ਵੀਡੀਓਜ਼ ਬਣਾ ਬਣਾ ਕੇ ਪਾਈ ਜਾਂਦੇ ਨੇ, ਤੇ ਇੱਕ ਆਮ ਗੱਲਾਂ 'ਚ ਜਿੱਥੇ ਕਿਤੇ ਬਹਿੰਦੇ ਆ ਉੱਥੇ ਵੀ ਚਰਚਾ ਹੁੰਦੀ ਹੈ ਵੀ ਇਹ ਕੰਮ ਵਧੀਆ ਹੋਇਆ। ਮੈਨੂੰ ਵੀ ਇਹ ਲੱਗਦਾ ਵੀ ਇਹਨੇ ਇਸ਼ਤਿਹਾਰਾਂ ਤੇ ਪੈਸਾ ਖਰਚਣ ਦੀ ਲੋੜ ਤਾਂ ਹੈ ਨਹੀਂ, ਬਾਕੀ ਜਿਵੇਂ ਕਹਿੰਦੇ ਹੁੰਦੇ ਨੇ ਕੌਣ ਕਹੇ ਰਾਣੀ ਅੱਗਾ ਢੱਗ, ਉਹ ਗੱਲ ਹੈ ਜੀ, ਕਹੇ ਕੌਣ ਜੀ ਇਹਨਾਂ ਨੂੰ। ਕਹਿ ਤਾਂ ਬਹੁਤ ਰਹਿ ਜੇ ਪਰ ਸੁਣਦਾ ਕਿਹਦੀ ਹੈ। ਕੋਈ ਹਾਂ ਗੱਲ ਜੀ, ਇਹ ਆ ਸੁਣਦੇ ਨਹੀਂ। ਕਿ ਹੁਣ ਤੁਸੀਂ ਦੇਖੋ ਕਿ ਜੋ ਇਸ਼ਤਿਹਾਰਬਾਜ਼ੀ ਦਾ ਰੌਲਾ ਬਾਰ ਬਾਰ ਚੱਲ ਰਿਹਾ ਹੈ, ਜੋ ਗੱਲਾਂ ਪਹਿਲਾਂ ਚੱਲਦੀਆਂ ਹੁੰਦੀਆਂ ਸੀਗੀਆਂ, ਉਹਦੇ ਭਗਵੰਤ ਮਾਨ ਹੀ ਕਹਿੰਦੇ ਹੁੰਦੇ ਸੀ ਨਾ ਕਿ ਉਹਦੇ ਤੇ ਪਤੀਲੇ ਤੇ ਵੀ ਬਾਦਲ ਦੀ ਫੋਟੋ, ਟਾਇਲਟ ਵਾਲੀ ਟੈਂਕੀ ਦੇ ਉੱਤੇ ਵੀ, ਜਾਂ ਜਿਹੜੀਆਂ ਦੂਸਰੀਆਂ ਪਾਣੀ ਵਾਲੀਆਂ ਟੈਂਕੀਆਂ ਹਰੇਕ ਥਾਂ ਤੇ, ਰਾਸ਼ਨ ਕਾਰਡ ਤੋਂ ਲੈ ਕੇ ਐਂਬੂਲੈਂਸ ਤੱਕ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਸੀ, ਉਹਦਾ ਵਿਰੋਧ ਹਾਂ ਜੀ, ਕਰਦੇ ਸੀ। ਤੇ ਹੁਣ ਜਦੋਂ ਸਾਰਾ ਸਿਸਟਮ ਚੱਲ ਰਿਹਾ ਤੇ ਹੁਣ ਸੁਵਿਧਾ ਸੈਂਟਰ ਹੈ, ਜਿਹੜੇ ਉਹਨਾਂ ਦੇ ਨਾਮ ਬਦਲੇ ਗਏ ਨੇ, ਮੁਹੱਲਾ ਕਲੀਨਿਕ ਕੀਤੇ ਗਏ ਜਾਂ ਹੋਰ ਹੈ, ਉਹਨਾਂ ਤੋਂ ਲੈ ਕੇ ਜਿੱਥੇ ਮਰਜ਼ੀ ਦੇਖ ਲਓ ਸਾਰਾ ਕੁਝ ਉਹੀ ਤਾਂ ਹੋ ਰਿਹਾ ਹੈ। ਹਾਂ ਜੀ, ਮਤਲਬ ਬਦਲਾਅ ਇਹਦੇ ਚ ਕੀ ਆ ਗਿਆ? ਮੈਨੂੰ ਤਾਂ ਲੱਗਦਾ ਤਸਵੀਰਾਂ ਦਾ ਬਦਲਾਅ ਹੀ ਹੈ ਜੀ ਗੱਲ। ਹਾਂ ਜੀ।